ਜ਼ਰੂਰ ਕੈਂਦਾ ਇੱਕੀ ਪਹਿਲਾ ਜਨਮ ਮੈਨੂੰ ਮੇਰੀ ਮਾਂ ਨੇ ਦਿੱਤਾ ਤੇ ਦੂਜਾ ਜਨਮ ਮੇਰੀ ਭੈਣ ਨੇ ਅੰਵੇਂ ਲੈ ਕੇ ਤਰਾਂ ਰੱਬ ਦਾ ਇਹ ਰੂਪ ਹੈ ਇਹ ਮੇਰੇ ਪਾਲਨਹਾਰੀ ਮਾਂ ਦੀ ਤਰ੍ਹਾਂ ਇਹਨੇ ਮੇਰਾ ਪਾਲਨ ਪੋਸ਼ਣ ਕੀਤਾ ਇਹ ਦੁਆਰਾ ਟਾਇਲਟ ਤੱਕ ਮੇਰਾ ਆਪਣੇ ਹੱਥਾਂ ਨਾਲ ਸਾਫ਼ ਕੀਤਾ ਇਹ ਇੰਨਾ ਜ਼ਿਆਦਾ ਉਹ ਕੀਤਾ ਜੀ ਏ ਜੀ ਮੇਰਾ ਦਾ ਕਿਸੇ ਨੇ ਹਾਲ ਚਾਲ ਤੱਕ ਨਹੀਂ ਪੁੱਛਿਆ ਮਦਦ ਕਰਨੀ ਤਾਂ ਇੱਕ ਪਾਸੇ ਦੀ ਗੱਲ ਦੁੱਖ ਤਾਂ ਹੁੰਦਾ ਬਹੁਤ ਜ਼ਿਆਦਾ ਜੀ ਪਰ ਹੁਣ ਇੱਕ ਬੇਬਸ ਇਨਸਾਨ ਬਣ ਕੇ ਰਹਿ ਗਿਆ ਖਰਬੀ ਕੀ ਸਕਦਾ ਜਿਸ ਨੇ ਨਹੀਂ ਆ ਕੇ ਪੁੱਛਿਆ ਨਾ ਕਿਸੇ ਨੇ ਖਬਰ ਨਾ ਸਾਰਨ ਆਉਂਦੇ ਉਹਨੂੰ ਚੁੱਪ ਕਰਾਇਆ ਆਪਣੇ ਅੰਦਰੇ ਕੱਟਿਆ ਦੁੱਖ ਸਾਰਾ ਹੀ ਪਰ ਮੈਂ ਹੁਣ ਵੀ ਕਹਿੰਦੀ ਆਂ ਵੀ ਜਿੰਨੀ ਜ਼ਿੰਦਗੀ ਹੈ ਕੋਈ ਗੱਲ ਨਹੀਂ ਮੈਂ ਇਹਨੂੰ ਅਜਾ ਨਹੀਂ ਲੱਗਣਦਾ ਮੈਨੂੰ ਇੱਕ ਉਮਰ ਹੁੰਦੀ ਹੈ ਆਪਣੀ ਇੱਕ ਨਵਾਂ ਜੀਵਨ ਸ਼ੁਰੂ ਕਰਨ ਦੀ ਤੁਸੀਂ ਕਦੇ ਉਸ ਬਾਰੇ ਸੋਚਿਆ ਨਹੀਂ ਨਹੀਂ ਮੈਂ ਕਦੇ ਨਹੀਂ ਸੋਚਿਆ ਉਹ ਤਾਂ ਮੈਂ ਸੋਚ ਹੀ ਛੱਡਦੀ ਆ ਕਿਉਂਕਿ ਮੈਨੂੰ ਆਪਣਾ ਭਰਾ ਦਾ ਅਗਾ ਦਿਖਦਾ ਕਿ ਇਹਨੂੰ ਕੌਣ ਸੰਭੇਗਾ ਨਾ ਤਾਂ ਮੇਰੇ ਮੰਮੀ ਸੰਭਣ ਜੋਗਿਆ ਨਾ ਪਾਪਾ ਸੰਭਣ ਜੋਗਿਆ ਤਾਂ ਫਿਰ ਮੈਂ ਮਤਲਬ ਹੁਣੀ ਨੂੰ ਇੱਕ ਭਰਾ ਦੀ ਤਰ੍ਹਾਂ ਹੀ ਸਾਥ ਦੇਵਾਂਗੀ 22 ਸਾਲਾਂ ਦਾ ਗੱਬਰੂ ਜਦੋਂ ਮੌਤ ਨੇ ਘੇਰਾ ਪਾਇਆ ਪਰ ਜ਼ਿੰਦਾਦਿਲੀ ਦੇ ਨਾਲ ਉਸਨੇ ਉਹ ਲੜਾਈ ਲੜੀ ਤੇ ਅੱਜ ਉਹ ਲੜਾਈ ਜਿੱਤਣ ਦੇ ਵਿੱਚ ਵੀ ਕਾਮਯਾਬ ਹੋਇਆ ਪੂਰੀ ਤਰ੍ਹਾਂ ਠੀਕ ਨਹੀਂ ਹੈ ਪਰ ਅੱਜ ਜੋ ਵੀ ਹੈ ਇੱਕ ਗੱਲ ਜ਼ਰੂਰ ਕਹਿੰਦਾ ਹੈ ਕਿ ਪਹਿਲਾ ਜਨਮ ਮੈਨੂੰ ਮੇਰੀ ਮਾਂ ਨੇ ਦਿੱਤਾ ਤੇ ਦੂਜਾ ਜਨਮ ਮੇਰੀ ਭੈਣ ਨੇ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਪਰਮਿੰਦਰ ਸਿੰਘ ਇਹ ਉਹੀ ਪਰਮਿੰਦਰ ਸਿੰਘ ਨੇ ਜੋ ਮਰਹੂਮ ਕੈਬਨਿਟ ਮੰਤਰੀ ਕੈਪਟਨ ਕਮਲਜੀਤ ਸਿੰਘ ਦੇ ਡਰਾਈਵਰ ਸੀ ਤੇ ਜਦੋਂ ਉਹ ਪਹਾੜਾਂ ਵਰਤਿਆ ਐਕਸੀਡੈਂਟ ਹੋਇਆ ਉਦੋਂ ਪਰਮਿੰਦਰ ਸਿੰਘ ਹੀ ਕੈਪਟਨ ਕਮਲਜੀਤ ਸਿੰਘ ਦੀ ਗੱਡੀ ਚਲਾ ਰਹੀ ਸੀ ਸਾਡੇ ਨਾਲ ਮੌਜੂਦ ਨੇ ਪਰਮਿੰਦਰ ਸਿੰਘ ਦੇ ਮਾਤਾ ਜੀ ਤੇ ਪਰਮਿੰਦਰ ਸਿੰਘ ਦੀ ਉਹ ਭੈਣ ਜਿਸ ਕਰਕੇ ਅੱਜ ਪਰਮਿੰਦਰ ਸਿੰਘ ਸਾਡੇ ਸਾਹਮਣੇ ਬਿਲਕੁਲ ਸਹੀ ਸਲਾਮਤ ਬੈਠਾ ਹੈ ਜੇ ਭੈਣ ਨਾ ਹੁੰਦੀ ਸ਼ਾਇਦ ਇਸ ਤਰ੍ਹਾਂ ਅੱਜ ਪਰਮਿੰਦਰ ਸਿੰਘ ਇੱਥੇ ਸਾਡੇ ਨਾਲ ਨਾ ਬੈਠਾ ਹੁੰਦਾ ਪਰਮਿੰਦਰ ਸਿੰਘ ਜੀ ਦੇ ਨਾਲ ਗੱਲਬਾਤ ਕਰਾਂਗੇ ਪਰਮਿੰਦਰ ਜੀ ਸਭ ਤੋਂ ਪਹਿਲਾਂ ਡੇਲੀ ਪੋਸਟ 'ਤੇ ਤੁਹਾਡਾ ਸਵਾਗਤ ਹੈ ਹਾਂ ਜੀ ਪਰਮਿੰਦਰ ਸਿੰਘ ਜੀ ਤੁਹਾਨੂੰ ਯਾਦ ਹੈ ਜਦੋਂ 2009 ਦੇ ਵਿੱਚ ਐਕਸੀਡੈਂਟ ਹੋਇਆ ਕੁਝ ਉਸ ਬਾਰੇ ਨਹੀਂ ਐਕਸੀਡੈਂਟ ਬਾਰੇ ਮੈਨੂੰ ਕੁਝ ਨਹੀਂ ਪਤਾ ਜੀ ਤੇ ਕਹਿੰਦੇ ਭੈਣ ਭਾਈ ਦਾ ਰਿਸ਼ਤਾ ਬੜਾ ਬੜੇ ਪਿਆਰ ਵਾਲਾ ਹੁੰਦਾ ਹੈ ਲੇਕਿਨ ਜਿੱਥੇ ਅੱਜ ਦੀ ਅੱਜ ਦੇ ਦੌਰ ਦੇ ਵਿੱਚ ਕਿਸੇ ਕੋਲ ਕਿਸੇ ਲਈ ਟਾਈਮ ਨਹੀਂ ਤੁਹਾਡੀ ਸਿਸਟਰ ਨੇ ਤੁਹਾਡੇ ਲਈ ਆਪਣੀ ਜ਼ਿੰਦਗੀ ਪੂਰੀ ਲਾਤੀ 10 ਸਾਲ 11 ਸਾਲ ਸੇਵਾ ਕੀਤੀ ਤੁਹਾਡੀ ਸਿਸਟਰ ਨੇ ਤੁਸੀਂ ਕਿਵੇਂ ਵੇਖਦੇ ਹੋ ਆਪਣੀ ਭੈਣ ਦੇ ਇਸ ਬਲੀਦਾਨ ਨੂੰ ਇਹ ਮੇਰੇ ਲਈ ਇੱਕ ਤਰ੍ਹਾਂ ਰੱਬ ਦਾ ਹੀ ਰੂਪ ਹੈ ਇਹ ਮੇਰੀ ਪਾਲਣਹਾਰੀ ਮਾਂ ਦੀ ਤਰ੍ਹਾਂ ਇਹਨੇ ਮੇਰਾ ਪਾਲਣ ਪੋਸ਼ਣ ਕੀਤਾ ਇਹ ਦੁਆਰਾ ਟਾਇਲਟ ਤੱਕ ਮੇਰਾ ਆਪਣੇ ਹੱਥਾਂ ਨਾਲ ਸਾਫ਼ ਕੀਤਾ ਇਹ ਇੰਨਾ ਜ਼ਿਆਦਾ ਉਹ ਕੀਤਾ ਜੀ ਤੁਹਾਨੂੰ 3 ਸਾਲ ਕਹਿੰਦੇ ਤੁਹਾਨੂੰ ਤੁਹਾਡੇ ਕੋਲ ਬੋਲਿਆ ਨਹੀਂ ਜਾਂਦਾ ਸੀ 3 ਸਾਲ ਤੱਕ ਤੇ ਜਦੋਂ ਬੋਲਿਆ ਨਹੀਂ ਜਾਂਦਾ ਸੀ ਉਦੋਂ ਤੁਹਾਡੇ ਜ਼ਿਹਨ ਦੇ ਵਿੱਚ ਅਕਦੇ ਖਿਆਲ ਆਇਆ ਸੀ ਕਿ ਪਰਮਿੰਦਰ ਸਿੰਘ ਕਦੇ ਦੁਬਾਰਾ ਬੋਲੇਗਾ ਨਹੀਂ ਮੈਂ ਤਾਂ ਬੋਲਕਲ ਨਹੀਂ ਸੀ ਫਿਰ ਵੀ ਮੇਰੀ ਭੈਣ ਨੇ ਛੋਟੇ ਨੇ ਮੇਰੇ ਗਲੇ ਵਿੱਚ ਸਾਹ ਲੈਣ ਵਾਲੀ ਪਾਈਪ ਲੱਗੀ ਜਿਹੜੀ ਟਿਊਬ ਉਹਦੀ ਮਸ਼ੀਨਾਂ ਨਾਲ ਸਫਾਈ ਕਰ ਕਰਕੇ ਦੁਬਾਰਾ ਮੈਨੂੰ ਇੱਕ ਤਰ੍ਹਾਂ ਨਵੀਂ ਜ਼ਿੰਦਗੀ ਦਿੱਤੀ ਇਸ ਤੋਂ ਰ ਮੇਰੀ ਆਵਾਜ਼ ਵਾਪਸ ਆਈ ਹੌਲੀ ਹੌਲੀ ਜਿਵੇਂ ਪਰਵਿੰਦਰ ਜੀ ਕਦੇ ਕਿਸੇ ਐਨ ਜੀਓ ਨੇ ਜਾਂ ਕਿਸੇ ਨੇ ਕਦੇ ਕੋਸ਼ਿਸ਼ ਕੀਤੀ ਕਿ ਪਰਮਿੰਦਰ ਸਿੰਘ ਤੰਕ ਪੰਚੀਏ ਉਸ ਨੌਜਵਾਨ ਦੀ ਮਦਦ ਕੀਤੀ ਜਾਵੇ ਨਹੀਂ ਜੀ ਮੇਰਾ ਦਾ ਅਸਤਕ ਕਿਸੇ ਨੇ ਹਾਲ ਚਾਲ ਤੱਕ ਨਹੀਂ ਪੁੱਛਿਆ ਮਦਦ ਕਰਨੀ ਤਾਂ ਇੱਕ ਪਾਸੇ ਦੀ ਗੱਲ ਕਿਸੇ ਨੇ ਨਹੀਂ ਅਸਤਕ ਜੀ ਮੇਰੀ ਸਾਰ ਲਈ ਆ ਕੇ ਦੇਖਿਆਗਾ ਕਿਸੇ ਨੇ ਨਾ ਕੋਈ ਸਰਕਾਰ ਨੇ ਨਾ ਕਿਸੇ ਹੋਰ ਪਰਸਨ ਦੁੱਖ ਹੁੰਦਾ ਕਦੇ ਵੀ ਜੋ ਜਿਨ੍ਹਾਂ ਉੱਤੇ ਉਮੀਦਾਂ ਸੀ ਉਹਨਾਂ ਨੇ ਉਮੀਦਾਂ ਤਾਂ ਤੋੜੀਆਂ ਬਲਕਿ ਜਦੋਂ ਮਾਰਾ ਸਮਾਂ ਤੁਹਾਡੇ ਤੇ ਵੀ ਆਇਆ ਕਿਸੇ ਨੇ ਸਾਰ ਵੀ ਨਹੀਂ ਲਈ ਦੁੱਖ ਤਾਂ ਹੁੰਦਾ ਬਹੁਤ ਜ਼ਿਆਦਾ ਜੀ ਪਰ ਹੁਣ ਇੱਕ ਬੇਬਸ ਇਨਸਾਨ ਬਣ ਕੇ ਰਹਿ ਗਿਆ ਕਰ ਵੀ ਕੀ ਸਕਦਾ ਤੁਹਾਡੀ ਜ਼ਿੰਦਾਦਿਲੀ ਦਾ ਜਿਹੜਾ ਹੌਸਲਾ ਹੈ ਜ਼ਿੰਦਾਦਿਲੀ ਜੋ ਤੁਸੀਂ ਦਿਖਾਈ ਹੈ ਉਹ ਕਈਆਂ ਦੇ ਲਈ ਮਿਸਾਲ ਹੈ ਤੁਸੀਂ ਕਈਆਂ ਨੂੰ ਤੁਸੀਂ ਬੇਬਸ ਕੀਤਾ ਹੈ ਕਿ ਵੇਖੋ ਪਰਮਿੰਦਰ ਸਿੰਘ ਵੱਲ ਤੇ ਅਜੇ ਹੀ ਨੌਜਵਾਨ ਵੀ ਨੇ ਜੋ ਹਿੰਮਤ ਹਾਸਲੇ ਦੇ ਨਾਲ ਹਲੇ ਵੀ ਆਪਣੇ ਜੋਸ਼ ਦੇ ਨਾਲ ਖੜੇ ਨਹੀਂ ਬੈਠੇ ਨਹੀਂ ਮੌਜੂਦ ਨਹੀਂ ਮਾਤਾ ਜੀ ਨਾਲ ਗੱਲਬਾਤ ਕਰਾਂਗੇ ਕਿਉਂਕਿ ਕਹਿੰਦੇ ਜਦੋਂ ਪੁੱਤ ਨੂੰ ਢਿੱਡੋਂ ਜਾਏ ਨੂੰ ਕੁਝ ਵੀ ਹੋਵੇ ਤਾਂ ਮਾਂ ਦਾ ਦਿਲ ਜੋ ਹੈ ਉਹ ਰੋਂਦਾ ਹੈ ਮਾਂ ਦੇ ਦਿਲ ਤੇ ਕੀ ਬੀਤੀ ਸੀ ਉਹ ਵੀ ਗੱਲਬਾਤ ਕਰਾਂਗੇ ਮਾਤਾ ਜੀ ਜਦੋਂ ਤੁਹਾਨੂੰ ਖਬਰ ਮਿਲੀ ਬਈ ਪ੍ਰਵਿੰਦਰ ਸਿੰਘ ਦੇ ਨਾਲ ਇਹ ਘਟਨਾ ਵਾਪਰੀ ਹੈ ਉਦੋਂ ਕੀ ਤੁਹਾਡੇ ਦਿਲ ਦੇ ਵਿੱਚ ਆਇਆ ਮੈਂ ਤਾਂ ਇਹ ਹੀ ਕਹਿਿਆ ਤਾਂ ਵੀ ਮਹਾਰਾਜ ਪਰਮਾਤਮਾ ਜਦ ਮੇਰਾ ਪ੍ਰਵਿੰਦਰ ਦਾ ਰਾਜਵੇ ਸਹੀ ਸਲਾਮਤ ਮੈਂ ਅਖੰਡ ਪਾਠ ਕਰਾਉਂਗੀ ਬਈ ਪੀਜੀ ਆਈ ਮੈਂ ਜਦੋਂ ਮੈਨੂੰ ਲੈ ਕੇ ਗਏ ਆ ਇੱਕ ਵਾਰੀ ਮੇਰੇ ਪ੍ਰਵਿੰਦਰ ਦਾ ਜੋ ਮਰਜੀ ਟੁੱਟ ਜਵੇ ਇੱਕ ਵਾਰੀ ਹੂੰ ਕਹਿ ਦਵੇ ਬਸ ਜਦੋਂ ਮੈਂ ਜੀ ਹੂੰ ਸੁਣੀ ਫੇਰਨੀ ਮੈਂ ਇੰਜੂ ਘੇਰਿਆ ਮਤਾ ਜੀ ਤੁਹਾਡੇ ਤੱਕ ਕਿਸੇ ਨੇ ਪਹੁੰਚ ਕੀਤੀ ਵੀ ਹੰਝੂਆਂ ਨੂੰ ਸਾਫ ਕੀਤਾ ਜਾਵੇ ਕਿਸੇ ਨੇ ਨਿਕਲੀ ਹੈ ਕਿ ਕੋਈ ਨਹੀਂ ਦੁੱਖ ਆ ਕੇ ਖੜਿਆ ਆਏਗਾ ਕਿਸੇ ਨੇ ਆ ਕੇ ਪੁੱਛਿਆ ਨਾ ਕਿਸੇ ਨੇ ਖਬਰ ਨਾ ਸਾਰਨ ਆ ਰੋਂਦੇ ਨੂੰ ਚੁੱਪ ਕਰਾਇਆ ਆਪਣੇ ਅੰਦਰੇ ਕਟਿਆ ਦੁੱਖ ਸਾਰਾ ਹੀ ਭੈਣ ਸਾਡੇ ਨਾਲ ਮੌਜੂਦ ਨਹੀਂ ਹਰਪ੍ਰੀਤ ਕੌਰ ਤੁਹਾਡਾ ਨਾਮ ਹੈ ਪੰਜੀ ਇਕ ਲੰਮੀ ਲੜਾਈ ਤੁਸੀਂ ਲੜੀ ਹੈ ਕਿਉਂਕਿ ਮੁਆਵਜ਼ਾ ਜਦੋਂ ਲੋਅਰ ਕੋਰਟ ਦੇ ਵਿੱਚ ਕੇਸ ਸੀਗਾ 10 ਲੱਖ ਦੀ ਗੱਲ ਹੋਈ ਉਸ ਤੋਂ ਬਾਅਦ ਕੇਸ ਜੋ ਹੈ ਦੂਜੀ ਪਾਰਟੀ ਪੇਸ਼ਨੀ ਹੋਈ ਕੇਸ ਹਾਈ ਕੋਰਟ ਗਿਆ ਹਾਈ ਕੋਰਟ ਨੇ ਉਹ ਰਾਸ਼ੀ ਵਧਾਈ ਰਕਮ 21 ਲੱਖ ਕੀਤੀ ਪਰ ਬੀਮਾ ਕੰਪਨੀ ਨੇ ਦੇਣ ਤੋਂ ਮਨ੍ਹਾ ਕਰ ਦਿੱਤਾ ਫਿਰ ਤੁਸੀਂ ਸੁਪਰੀਮ ਕੋਰਟ ਤੱਕ ਪਹੁੰਚੇ ਇਸ ਸੰਘਰਸ਼ ਕਿਵੇਂ ਰਿਹਾ ਇਹ ਸੰਘਰਸ਼ ਬੱਸ ਮੈਨੂੰ ਹੀ ਪਤਾ ਜਿੱਦਾਂ ਮੈਂ ਪ੍ਰਵੀਂਦਰ ਨੂੰ ਉੱਥੇ ਲੈ ਜਾਂਦੀ ਰਹੀ ਕਿੱਦਾਂ-ਕਿੱਦਾਂ ਮੈਂ ਇਹਨੂੰ 4th 5th ਫਲੋਰ ਦੇ ਉੱਪਰ ਚੜਾਇਆ ਉੱਥੇ ਫੜ ਕੇ ਕਿੱਦਾਂ ਇਹਨੂੰ ਉੱਥੇ ਸਾਰਿਆਂ ਦੇ ਅੱਗੇ ਪੇਸ਼ ਕਰਿਆ ਜੱਜਿਸ ਦੇ ਜੱਜ ਦੇ ਅੱਗੇ ਪੇਸ਼ ਕਰਦੇ ਹੋਏ ਇਹਦੀ ਹਾਲਤ ਵੀ ਨਹੀਂ ਖਰਾਬ ਹੋਈ ਐ ਬਹੁਤ ਜ਼ਿਆਦਾ ਸਾਰੇ ਵਕੀਲ ਕੋਈ ਪਾਣੀ ਲੈ ਕੇ ਆਇਆ ਕੋਈ ਕੁਝ ਲੈ ਕੇ ਆਇਆ ਦੱਸ ਦਿਓ ਉੱਥੇ ਵੀ ਸਾਡਾ ਮਤਲਬ ਬਹੁਤ ਔਖਾ ਟਾਈਮ ਰਿਹਾ ਲੈ ਜਾਣਾ ਤਾਂ ਪਰ ਫਿਰ ਵੀ ਮੈਂ ਇਹਦਾ ਸਾਥ ਨਹੀਂ ਛੱਡਿਆ ਮੈਂ ਇਹਨੂੰ ਇੱਕ ਭਰਾਵਾ ਵਾਂਗ ਸਾਥ ਦਿੱਤਾ ਆਪਣਾ ਅਨਾ ਭਰਾ ਵੀ ਸ਼ਾਇਦ ਕੋਈ ਨਾ ਕਰੇ ਭਰਾ ਦਾ ਪਰ ਮੈਂ ਹੁਣ ਵੀ ਕਹਿੰਦੀ ਆਂ ਵੀ ਜਿੰਨੀ ਜ਼ਿੰਦਗੀ ਹੈ ਕੋਈ ਗੱਲ ਨਹੀਂ ਮੈਂ ਇਹਨੂੰ ਅਜਾ ਨਹੀਂ ਲੱਗਣ ਦਵਾਂਗੀ ਇਹ ਪਿਆਰ ਹੈ ਇੱਕ ਭੈਣ ਦਾ ਆਪਣੇ ਭਾਈ ਦੇ ਲਈ ਵੈਸੇ ਤਾਂ ਕਹਿੰਦੇ ਨੇ ਰੱਖੜੀ ਬੰਧਨ ਰਖੜੀ ਤੇ ਮੌਕੇ ਤੇ ਜੋ ਭੈਣਾਂ ਹੁੰਦੀਆਂ ਨੇ ਆਪਣੀ ਵੀਰ ਦੀ ਕਲਾਈ ਤੇ ਰਖੜੀ ਬੰਧੀਆਂ ਨੇ ਕਿ ਤੂੰ ਮੇਰੀ ਪੂਰੀ ਜ਼ਿੰਦਗੀ ਜੋ ਹੈ ਰੱਖਿਆ ਕਰੀ ਪਰ ਇਥੇ ਮਾਮਲਾ ਕੁਝ ਉਲਟ ਹੈ ਹਰਪ੍ਰੀਤ ਕੌਰ ਜੋ ਪਹਿਨ ਨੀ ਪਰਮਿੰਦਰ ਸਿੰਘ ਜੀ ਦੇ ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਦਾ ਤੇ ਲਈ 10 ਸਾਲ ਉਦੋਂ ਉਮਰ ਕਰੀਬ ਕਰੀਬ ਕਿਨਾ ਦੀ 19 ਸਾਲ ਰਹੀ ਹੋਵੇਗੀ ਜਦੋਂ ਇਹ ਘਟਨਾ ਵਾਪਰੀ ਜਦੋਂ ਐਕਸੀਡੈਂਟ ਹੋਇਆ ਪਰਮਿੰਦਰ ਸਿੰਘ ਦਾ ਤੇ ਆਪਣੀ ਜ਼ਿੰਦਗੀ ਦੇ ਕੀਮਤੀ 10 ਸਾਲ ਆਪਣੇ ਵੀਰੇ ਦੀ ਸੇਵਾ ਦੇ ਲਿਖੇ ਇਹਨਾਂ ਨੇ ਲਾਈ ਕਹਿੰਦੇ ਇੱਕ ਵਾਰ ਸੁਪਰੀਮ ਕੋਰਟ ਦੇ ਵਿੱਚ ਵੀ बेहोश ਹੋ ਕੇ ਪਰਮਿੰਦਰ ਸਿੰਘ ਜੀ ਗਿਰ ਗਏ ਸੀ ਲਾਸਟ ਟਾਈਮ ਜਦੋਂ ਹੁਣ ਇਹਨਾਂ ਦਾ ਫੈਸਲਾ ਹੋਣਾ ਸੀਗਾ ਅਸੀਂ ਇਹਨੂੰ ਪੇਸ਼ ਕੀਤਾ ਉਸ ਟਾਈਮ ਇਹਦੀ ਹਾਲਤ ਬਹੁਤ ਖਰਾਬ ਹੋ ਗਈ ਸੀ ਹਾਂਜੀ ਉਸ ਟਾਈਮ ਬਹੁਤ ਔਖਾ ਸੰਭਾਲਿਆ ਇੱਕ ਵਗੈਰ ਮਤਲਬ ਵਕੀਲ ਇਕੱਠੇ ਹੋ ਗਏ ਉਹਨਾਂ ਦਾ ਵੀ ਭਲਾ ਹੋਏ ਇੱਕ ਵਕੀਲ ਫਟਾਫਟ ਜਾ ਕੇ ਪਾਣੀ ਦੀ ਬੋਤਲ ਲੈ ਕੇ ਆਇਆ ਅਸੀਂ ਇਹਨੂੰ ਪਾਣੀ ਪਿਲਾਇਆ ਤੇ ਮੈਂ ਇੱਕਦਮ ਤੋਂ ਇਹਨੂੰ ਕਿਹਾ ਜਦੋਂ ਭੀੜ ਭੜਕਾ ਕਾਫੀ ਦੁਨੀਆ ਦੇਖਦਾ ਹੈ ਇਹ ਮਤਲਬ ਹੋ ਜਾਂਦਾ ਹੈ ਇਹਨੂੰ ਇਕਦਮ ਤੋਂ ਹੀ ਸਫੋਕੇਸ਼ਨ ਜੀ ਹੋ ਕੇ ਕੁਝ ਹੋਣ ਲੱਗ ਜਾਂਦਾ ਸਿਰ ਦੇ ਆਪਰੇਸ਼ਨ ਕਰਕੇ ਫਿਰ ਫਟਾਫਟ ਮੈਂ ਇਹਨੂੰ ਸੰਭਾਲ ਲਿਆ ਇਹਨੂੰ ਕਿਹਾ ਵੀ ਕੁਝ ਨਹੀਂ ਹੋਇਆ ਹੈਗਾ ਇਦਾਂ ਦਾ ਸਭ ਠੀਕ ਹੈ ਹੌਲੀ ਹੌਲੀ ਕਰਕੇ ਤਾਂ ਇਹਨੂੰ ਬਾਹਰ ਕੱਢ ਕੇ ਤਾਂ ਥੋੜਾ ਠੀਕ ਕਰਿਆ ਉੱਥੇ ਦੀ ਹਾਲਤ ਬਹੁਤ ਖਰਾਬ ਹੋ ਗਈ ਸੀ ਤੁਸੀਂ ਇੱਕ ਬਹੁਤ ਵੱਡੀ ਮਿਸਾਲ ਬਾਕੀ ਭੈਣਾਂ ਦੇ ਲਈ ਬਾਕੀ ਲੋਕਾਂ ਦੇ ਲਈ ਪੇਸ਼ ਕੀਤੀ ਹੈ ਜਿੰਨੀ ਤੁਸੀਂ ਸੇਵਾ ਕੀਤੀ ਹੈ ਜਿਵੇਂ ਪ੍ਰਵੀਨਦਰ ਸਿੰਘ ਜੀ ਨੇ ਦੱਸਿਆ ਕਿ ਮੈਂ ਕਹਿਣ ਦੇ ਵਿੱਚ ਸ਼ਰਮ ਨਹੀਂ ਕਰਾਂਗਾ ਕਿਉਂਕਿ ਇਹ ਉਹ ਭੈਣ ਹੈ ਜਿਸਨੇ ਆਪਣੇ ਬੈੱਡ ਤੇ ਪਏ ਮੌਤ ਦੇ ਨਾਲ ਲੜਦੇ ਭਰਾ ਦੀ ਇੰਨੀ ਕਿ ਸੇਵਾ ਕੀਤੀ ਹੈ ਟੱਟੀ ਪਸ਼ਾਬ ਵੀ ਹੱਥਾਂ ਨਾਲ ਚੁੱਕਿਆ ਮੈਂ ਕਹਿਣ ਵਿੱਚ ਕੋਈ ਗੁਰੇਜ਼ ਨਹੀਂ ਕਰਾਂਗਾ ਕਿਉਂਕਿ ਇਹ ਹਕੀਕਤ ਹੈ ਜੋ ਇੱਕ ਭੈਣ ਨੇ ਆਪਣੇ ਭਰਾ ਦੇ ਲਈ ਕੀਤਾ ਤੁਸੀਂ ਜਿਵੇਂ ਮੈਂ ਜਾਣਦਾ ਹਾਂ ਪ੍ਰਵੀnder ਸਿੰਘ ਜੀ ਨੇ ਮੈਨੂੰ ਦੱਸਿਆ ਕਿ ਤੁਸੀਂ ਵੀ ਮੈਨੂੰ ਕਿਹਾ ਜਿੰਨੀ ਜ਼ਿੰਦਗੀ ਹੈ ਆਪਣੇ ਭਰਾ ਦੇ ਲਿਖੇ ਇੱਕ ਉਮਰ ਹੁੰਦੀ ਹੈ ਆਪਣੇ ਇੱਕ ਨਵਾਂ ਜੀਵਨ ਸ਼ੁਰੂ ਕਰਨ ਦੀ ਤੁਸੀਂ ਕਦੇ ਉਸ ਬਾਰੇ ਸੋਚਿਆ ਨਹੀਂ ਨਹੀਂ ਮੈਂ ਕਦੇ ਨਹੀਂ ਸੋਚਿਆ ਹੋ ਤਾਂ ਮੈਂ ਸੋਚ ਹੀ ਛੱਡਤੀ ਆ ਕਿਉਂਕਿ ਮੈਨੂੰ ਆਪਣਾ ਭਰਾ ਦਾ ਅਗਾ ਦਿਖਦਾ ਕਿ ਇਹਨੂੰ ਕੌਣ ਸੰਭੇਗਾ ਨਾ ਤਾਂ ਮੇਰੇ ਮੰਮੀ ਸੰਭਣ ਜੋਗੇ ਨਾ ਪਾਪਾ ਸੰਭਣ ਜੋਗੇ ਤਾਂ ਫਿਰ ਮੈਂ ਮਤਲਬ ਹੁਣੀ ਨੂੰ ਇੱਕ ਭਰਾ ਦੀ ਤਰ੍ਹਾਂ ਹੀ ਸਾਥ ਦੇਵਾਂਗੀ ਹਾਂਜੀ ਮੈਂ ਉਹਦੇ ਬਾਰੇ ਨਹੀਂ ਕੁਝ ਵੀ ਸੋਚਿਆ ਹੈਗਾ ਤੁਹਾਡੇ ਫਾਜ਼ਲ ਸਾਹਿਬ ਇੱਕ ਚਾਹ ਦੀ ਸ਼ਾਇਦ ਦੁਕਾਨ ਚਲਾਉਂਦੇ ਨੇ ਤੇ ਮਾਲੀ ਹਾਲਤ ਕਰਦੀ ਕੁਝ ਜ਼ਿਆਦਾ ਠੀਕ ਨਹੀਂ ਕਦੇ ਇਸ ਦਰਮਿਆਨ ਇਹਨਾਂ 10 ਸਾਲਾਂ ਦੇ ਵਿੱਚ 11 ਸਾਲਾਂ ਦੇ ਵਿੱਚ ਕਦੇ ਕਿਸੇ ਨੇ ਆ ਕੇ ਪੁੱਛਿਆ ਪਰਮਿੰਦਰ ਸਿੰਘ ਨੂੰ ਜਾਂ ਤੁਹਾਡੇ ਪਰਿਵਾਰ ਨੂੰ ਕਿਸੇ ਚੀਜ਼ ਦੀ ਲੋੜ ਹੈ ਜਾਂ ਨਹੀਂ ਨਹੀਂ ਕੋਈ ਨਹੀਂ ਆਇਆ ਸਾਡੇ ਕੋਲ ਸਾਨੂੰ ਪੁੱਛਣ ਕਿ ਤੁਹਾਡਾ ਕੀ ਦੁੱਖ ਹੈ ਕਿ ਆ ਸੁੱਖ ਹੈ ਕੁਝ ਨਹੀਂ ਪੁੱਛਿਆ ਕਿਸੇ ਨੇ ਵੀ ਕਦੇ ਵੀ ਹਾਂਜੀ ਇੱਕ ਪ੍ਰੈਸ ਵਾਲੇ ਹੋ ਹੈਗੇ ਆ ਮਨੋਜ ਰਾਜਪੂਤ ਵੀਰ ਜੀ ਦੈਨਿਕ ਭਾਸਕਰ ਤੋਂ ਆਇਆ ਹੋ ਉਹਨਾਂ ਨੇ ਸਾਥ ਦਿੱਤਾ ਉਹ ਆਂਦੇ ਸੀਗੇ ਉਹ ਜ਼ਰੂਰ ਪੁੱਛਦੇ ਸੀਗੇ ਉਹਨਾਂ ਨੇ ਸਾਥ ਦਿੱਤਾ ਉਹਨਾਂ ਨੇ ਮੈਨੂੰ ਮੈਰੂ ਵੀ ਤੇ ਆਇਆ ਉਹਨਾਂ ਨੇ ਫੋਨ ਵੀ ਇਹਨੂੰ ਲੈ ਕੇ ਦਿੱਤਾ ਪਰਮਿੰਦਰ ਨੂੰ ਹਾਂਜੀ ਕਿਉਂਕਿ ਇਹ ਹੁਣ ਐਦਾ ਥੋੜਾ ਸਿਰ ਦਾ ਆਪਰੇਸ਼ਨ ਹੋਇਆ ਸੀਗਾ ਇਹ ਜਿੱਦ ਕਰਦਾ ਸੀਗਾ ਕਿ ਮੈਂ ਫੋਨ ਲੈਣਾ ਹੈ ਮੇਰਾ ਟਾਈਮ ਪਾਸ ਨਹੀਂ ਹੁੰਦਾ ਹੈਗਾ ਫੋਨ ਲੈਣਾ ਉਹ ਸਾਡੇ ਘਰੇ ਆ ਗਿਆ ਟੇ ਟਾਈਮ ਹੀ ਤਾਂ ਉਹ ਕਹਿਣ ਲੱਗੇ ਪਰਮਿੰਦਰ ਨੂੰ ਕਹਿੰਦੇ ਵੀ ਪਰਮਿੰਦਰ ਕੀ ਗੱਲ ਤੇਰਾ ਟਾਈਮ ਪਾਸ ਹੋ ਜਾ ਕਰੇ ਕਿਹੜੀ ਗੱਲ ਦੀ ਤੈਨੂੰ ਉਹਨੂੰ ਮੈਂ ਹੀ ਦੱਸਿਆ ਸੀਗਾ ਮੈਂ ਕਿਹਾ ਵੀਰ ਜੀ ਐਦਾ ਐਦਾ ਕਰਕੇ ਜਿੱਦ ਕਰਦਾ ਉਹਨਾਂ ਨੇ ਕਰਿਆ ਸੀਗਾ ਕਹਿੰਦੇ ਕੋਈ ਗੱਲ ਨਹੀਂ ਫੋਨ ਤੈਨੂੰ ਮੈਂ ਲੈ ਕੇ ਦੇ ਦਿੰਦਾ ਮੈਂ ਉਹਨਾਂ ਨੇ ਸਾਡਾ ਮਤਲਬ ਆ ਕੇ ਪੁੱਛਿਆ ਉਹਨਾਂ ਨੇ ਕਰਿਆ ਹੁਣ ਵੀ ਆਏ ਸੀਗੇ ਉਹ ਪੁੱਛ ਕੇ ਗਏ ਸੀਗੇ ਇਹਨੂੰ ਬਹੁਤ ਕਰਦੇ ਆ ਹੁਣ ਵੀ ਉਹ ਕਹਿੰਦੇ ਆ ਵੀ ਕਦੇ ਵੀ ਮੈਂ ਪਰਮਿੰਦਰ ਦੀ ਤਰ੍ਹਾਂ ਹੀ ਆ ਤੇਰੇ ਲਈ ਮੈਨੂੰ ਖੁਦ ਕਹਿ ਕੇ ਗਏ ਆ ਕਿ ਮੈਂ ਤੇਰੇ ਲਈ ਪਰਮਿੰਦਰ ਦੀ ਤਰ੍ਹਾਂ ਹੀ ਆ ਕਦੇ ਵੀ ਕੋਈ ਜ਼ਰੂਰਤ ਹੋਵੇ ਬੇਝਿਜਕ ਕਹਿਣਾ ਹੈ ਕਿ ਕਦੇ ਸੋਚਣਾ ਨਹੀਂ ਹੈਗਾ ਵੀ ਹਾਂ ਇਹ ਗੱਲ ਕਹਿਣੀ ਹੈ ਜਾਂ ਨਹੀਂ ਕਹਿਣੀ ਉਹਨਾਂ ਨੇ ਸਾਥ ਦਿੱਤਾ ਜਦੋਂ ਕਦੇ ਰਖੜੀ ਦਾ ਮੌਕਾ ਆਉਂਦਾ ਹੈ ਜਾਂ ਜਦੋਂ 2009 ਜਦੋਂ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਜਦੋਂ ਰਖੜੀ ਆਈ ਤਾਂ ਇੱਕ ਭੈਣ ਦੇ ਦਿਲ ਵਿੱਚ ਕੀ ਗੱਲ ਉੱਠੀ ਬਸ ਇਹੀ ਸੀਗਾ ਮੈਂ ਕਿਹਾ ਕਿ ਮੇਰੇ ਭਰਾ ਦੇ ਵਿੱਚ ਸਾਹ ਹੈਗੇ ਆ ਤਾਂ ਮੇਰੇ ਲਈ ਮੇਰਾ ਭਰਾ ਹੈਗਾ ਸਭ ਕੁਝ ਹੈ ਕਿ ਮੇਰੇ ਲਈ ਭਰਾ ਉਵੇਂ ਦਾ ਹੀ ਹੈ ਜਿਵੇਂ ਪਹਿਲਾਂ ਸੀਗਾ ਉਵੇਂ ਦਾ ਹੀ ਹੁਣ ਹੈ ਅੱਜ ਦਿਨ ਵੀ ਉਹ ਉਹੀ ਚੀਜ਼ ਹੈ ਮੇਰੇ ਲਈ ਤਾਂ ਕਿਉਂਕਿ ਮੇਰੇ ਨਾਲ ਗੱਲਬਾਤ ਕਰਦਾ ਹੈ ਬੋਲਦਾ ਹੈ ਮੇਰੀ ਸੁਣਦਾ ਹੈ ਆਪਣੀ ਸੁਣਾਉਂਦਾ ਹੈ ਉਵੇਂ ਦਾ ਹੀ ਹੈ ਮੈਨੂੰ ਤਾਂ ਜਿਵੇਂ ਦਾ ਪਹਿਲਾਂ ਸੀਗਾ ਬਸ ਇਹਦੀ ਲੰਮੀ ਉਮਰ ਦੀ ਉਹ ਆਪਾਂ ਤਾਂ ਅਰਜ਼ ਕਰਦੇ ਆ ਕਿ ਬਸ ਪਰਮਾਤਮਾ ਇਹਦੀ ਉਮਰ ਲੰਬੀ ਕਰੇ ਪ੍ਰਮਿੰਦਰ ਜੀ ਕਹਿੰਦੇ ਵੀ ਕਾਫੀ ਲੰਮਾ ਸਮਾਂ ਮੋਟਰਸਾਈਕਲ ਵੀ ਵੇਚਣ ਨਹੀਂ ਦਿੱਤਾ ਇੱਕ ਉਮੀਦ ਸੀ ਕਿ ਪਰਮਿੰਦਰ ਸਿੰਘ ਦੁਆਰਾ ਉੱਠ ਕੇ ਮੋਟਰਸਾਈਕਲ ਚਲਾਏਗਾ ਕਿਉਂਕਿ ਘਰ ਵਿੱਚ ਛੁਰ ਕੇ ਮੋਟਰਸਾਈਕਲ ਨਹੀਂ ਚਲੰਦਾ ਹਾਂਜੀ ਕਿਉਂਕਿ ਮੇਰਾ ਹੀ ਸ਼ੌਂਕ ਸੀ ਬਾਈਕ ਲੈਣਾ ਉਹ ਬਾਈਕ ਮੈਂ ਘਰ ਜਾਣੇ ਮੈਨੂੰ ਲੈ ਕੇ ਦਿੱਤੀ ਮੇਰੇ ਸਿਵਾ ਚਲੰਦਾ ਵੀ ਕੋਈ ਨਹੀਂ ਸੀ ਕਰੇ ਜੈਸ ਕਰਕੇ ਵੇਚ ਦੇ ਵੀ ਨਹੀਂ ਸੀ ਕਿ ਚਲੋ ਇਹਦਾ ਸ਼ੌਂਕ ਹੈ ਕਿ ਚਲੋ ਠੀਕ ਹੋ ਜਾਏਗਾ ਇੱਕ ਦਿਨ ਫੇਰ ਚਲਾਏਗਾ ਲੇਕਿਨ ਮੇਰੇ ਠੀਕ ਹੋਣ ਦੀ ਮੈਨੂੰ ਕੋਈ ਉਮੀਦ ਨਹੀਂ ਸੀ ਕਿ ਦਿੱਤੀ ਸੀ ਫਿਰ ਕਿ ਬਾਈਕ ਵੀ ਖੜੀ ਖੜੀ ਗਾਲੀ ਰਹੀ ਸੀ ਮੈਂ ਕਹੇ ਫਿਰ ਕਵਾੜ ਚ ਜਾਨੀ ਐ ਇਸ ਕਰਕੇ ਫਿਰ ਮੈਂ ਵੇਚਤੀ ਕਿ ਚਲੋ ਅੱਜ ਵੀਕ ਜਾਏਗੀ ਚਲੋ ਦੋ ਪੈਸੇ ਮੇਰੇ ਪੱਲੇ ਵਹਿ ਜਾਣਗੇ ਇਸ ਕਰਕੇ ਮੈਂ ਵੇਚਤਾ ਹੀ ਮੈਂ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਤੁਸੀਂ ਵੇਖ ਸਕਦੇ ਹੋ ਪਰਮਿੰਦਰ ਸਿੰਘ ਜੀ ਦੇ ਸਿਰ ਦਾ ਸੱਜਾ ਹਿੱਸਾ ਜੋ ਬਿਲਕੁਲ ਅੰਦਰ ਵੱਢ ਚੁੱਕਾ ਹੈ ਐਕਸੀਡੈਂਟ ਤੋਂ ਬਾਅਦ ਜੋ 22 ਸਾਲਾਂ ਦਾ ਇੱਕ ਗੱਭਰੂ ਨੌਜਵਾਨ ਹਟਾ ਕਟਾ ਸੀ ਉਸਨੇ ਹਾਲਤ ਅਜ ਕੀ ਕੀਤੀ ਹੈ ਇੱਕ ਨੌਜਵਾਨ ਦੀ ਸਭ ਤੋਂ ਪਹਿਲਾਂ ਹਿੰਮਤ ਦੀ ਮੈਂ ਦਾਤ ਦਵਾਂਗਾ ਨਾ ਸਿਰ ਪਰਮਿੰਦਰ ਸਿੰਘ ਜੀ ਦੀ ਬਲਕਿ ਇਹਨਾਂ ਦੀ ਪਰਿਵਾਰ ਦੀ ਸੱਜਾ ਪਾਸਾ ਸਿਰ ਦਾ ਪੂਰਾ ਅੰਦਰ ਤਸਿਆ ਪਿਆ ਤੁਸੀਂ ਮੂੰਹ ਵੇਖ ਸਕਦੇ ਹੋ ਜੋ ਕੱਟ ਸਪਏ ਨਹੀਂ ਤੁਸੀਂ ਉਹ ਦੇਖ ਸਕਦੇ ਹੋ ਖੱਬਾ ਪਾਸਾ ਇਹਨਾਂ ਦੇ ਸਰੀਰ ਦਾ ਕੰਮ ਨਹੀਂ ਕਰਦਾ ਤੇ ਔਖਾ ਹੀ ਜੋ ਹੈ ਹੁਣ ਤੁਰਨਾ ਫਿਰਨਾ ਹੁੰਦਾ ਹੈ ਇੱਕ ਦੋ ਕਦਮ ਚੱਲਦੇ ਨੇ ਪਰ ਬਹੁਤ ਔਖਾ ਹੈ ਉਹ ਵੀ ਚੱਲਣਾ ਤੇ ਸੱਜੇ ਪਾਸੇ ਜਦੋਂ ਸਰਜਰੀ ਹੋਈ ਸੀ ਬ੍ਰੇਨ ਦੀ ਸਿਰ ਦੇ ਵਿੱਚ ਛੱਟ ਲੱਗੀ ਸੀ ਤਾਂ ਇੱਕ ਹਿੱਸਾ ਬ੍ਰੇਨ ਦਾ ਜੋ ਹੈ ਉਹ ਪੇਟ ਦੇ ਵਿੱਚ ਰੱਖਿਆ ਗਿਆ ਸੀ ਉੱਥੇ ਵੀ ਇਨਫੈਕਸ਼ਨ ਹੋਇਆ ਪੇਟ ਦੇ ਵਿੱਚ ਵੀ ਟਾਂਕੇ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਪੇਟ ਦੇ ਵਿੱਚ ਵੀ ਟਾਂਕੇ ਲੱਗੇ ਹੋਏ ਨੇ ਇਨਫੈਕਸ਼ਨ ਹੋਇਆ ਤੇ 3 ਸਾਲਾਂ ਤੱਕ ਜੋ ਇੱਕ ਖਾਣ ਪੀਣ ਦੇ ਲਈ ਕਿਉਂਕਿ ਖਾ ਗੁੱਸ ਸਕਦੇ ਨਹੀਂ ਸੀ ਲਿਕੁਇਡ ਡਾਈਟ ਤੇ ਸੀ ਸਾਹ ਦੇ ਲਈ ਖਾਸ ਕਰ ਇਹ ਪਾਈਪ ਜੋ ਹੈ ਉਲਾਈ ਗਈ ਸੀ ਤੇ ਜਿਵੇਂ ਮਾਤਾ ਜੀ ਨੇ ਵੀ ਹੁਣੇ ਦੱਸਿਆ ਕਿ ਖਰਚਾ ਬਹੁਤ ਜ਼ਿਆਦਾ ਸੀ ਹਸਪੀਟਲ ਦਾ ਤੇ ਡਾਕਟਰਾਂ ਨੇ ਕਿਹਾ ਜੇ ਤੁਸੀਂ ਆਪ ਸਿੱਕੇ ਘਰੇ ਇਹਨਾਂ ਨੂੰ ਸਾਹ ਦੇ ਸਕਦੇ ਹੋ ਤਾਂ ਬਹੁਤ ਚੰਗਾ ਹੋਵੇਗਾ ਕਿਉਂਕਿ ਨਹੀਂ ਤਾਂ ਖਰਚਾ ਬਹੁਤ ਜ਼ਿਆਦਾ ਹੋਣਾ ਹੈ ਦੀਦੀ ਕਿਵੇਂ ਡਾਕਟਰ ਨੇ ਕੀ ਕਿਹਾ ਸੀ ਜਦੋਂ ਮਾਤਾ ਜੀ ਨੇ ਵੀ ਦੱਸਿਆ ਵੀ ਖਰਚਾ ਬਹੁਤ ਜ਼ਿਆਦਾ ਇੱਕ ਦਿਨ ਦਾ ਕਰੀਬ 3000 4000 ਪੈਂਦਾ ਸੀ ਉਸ ਤੋਂ ਬਾਅਦ ਕੀਵੇਂ ਡਾਕਟਰ ਨੇ ਕੀ ਬੋਲਿਆ ਤੇ ਤੁਸੀਂ ਕਿੰਨੀ ਤੁਹਾਡਾ ਜੋ ਹੈ ਸਮਾਂ ਲੱਗਿਆ ਸਿੱਖਣ ਨੂੰ ਤੇ ਅੱਗੇ ਤੁਸੀਂ ਸਾ ਦਿੱਤੇ ਸਕਸ਼ਨ ਕਰਦੇ ਸੀਗੇ ਉੱਥੇ ਵੀ ਕਰਦੇ ਸੀਗੇ ਡਾਕਟਰ ਫਿਰ ਉਹਨਾਂ ਨੇ ਮੈਨੂੰ ਸਿਖਾਈ ਕਹਿੰਦੇ ਕਿ ਅਗਰ ਤਾਂ ਤੁਸੀਂ ਕਰ ਸਕਦੇ ਹੋ ਤਾਂ ਠੀਕ ਹੈ ਨਹੀਂ ਅਗਰ ਤੁਸੀਂ ਕਿਤੇ ਵੀ ਰੱਖੋਗੇ ਹਸਪੀਟਲ 'ਚ ਐਥੇ ਰੱਖੋਗੇ ਤਾਂ ਖਰਚਾ ਬਹੁਤ ਜ਼ਿਆਦਾ ਹੋਏਗਾ ਤੁਹਾਡਾ ਕਹਿੰਦੇ ਤੁਸੀਂ ਸਿੱਖ ਲਓ ਸਕਸ਼ਨ ਫਿਰ ਮੈਂ ਸਕਸ਼ਨ ਉੱਥੇ ਸਿੱਖੀ 2 ਦਿਨ ਮੈਂ ਉੱਥੇ ਵੀ ਕਰੀ ਉਸ ਤੋਂ ਬਾਅਦ ਮੈਂ ਘਰੇ ਆ ਕੇ ਇਹਦੀ ਸਕਸ਼ਨ ਕਰੀ ਕਦੇ-ਕਦੇ ਬਲਗਮੀ ਦੀ ਬਲੋਕੇਜ ਵੀ ਹੋ ਜਾਂਦੀ ਸੀਗੀ ਸਾਹ ਵੀ ਰੁਕ ਜਾਣਾ ਬਹੁਤ ਔਖਾ ਹੋ ਜਾਣਾ ਰੋਂਦੇ ਕਲਾਉਂਦੇ ਫਿਰ ਮੈਂ ਇਹਦੇ ਵਿੱਚ ਗਲੂਗੋਸ ਪਾ ਕੇ ਜਿੱਦਾਂ ਉਹਨਾਂ ਨੇ ਦੱਸਿਆ ਸੀਗਾ ਸਕਸ਼ਨ ਕਰਦੀ ਸੀਗੀ ਇਹਦੀ ਬੋ ਜਾਣਾ ਪਹਿਲਾਂ ਪ੍ਰੈਸ਼ਰ ਵਾਲੀ ਸੀਗੀ ਪੈਰ ਨਾਲ ਇਹਦੀ ਮਸ਼ੀਨ ਠੀਕ ਹੈ ਲਿਆਉਂਦੀ ਹੋਈ ਖਰੀਦ ਕੇ ਉਹ ਪ੍ਰੈਸ਼ਰ ਵਾਲੀ ਦੇ ਨਾਲ ਫਿਰ ਸਕਸ਼ਨ ਹੋਣੀ ਬੰਦ ਹੋ ਗਈ ਇਹਦੀ ਉਹ ਟਿਊਬ ਦੇ ਵਿੱਚ ਬਲਗਮ ਜ਼ਿਆਦਾ ਬਣਨ ਲੱਗੀ ਤੇ ਬਲੋਕੇਜ ਹੋ ਜਾਂਦੀ ਸੀਗੀ ਫਿਰ ਅਸੀਂ ਬਿਜਲੀ ਵਾਲੀ ਲੈ ਕੇ ਆਏ ਉਹ ਬਿਜਲੀ ਵਾਲਿਆਂ ਸੀ ਤਿੰਨ ਮਸ਼ੀਨਾਂ ਲੈ ਕੇ ਆਏ ਇਹਦੇ ਲਈ 55 5500 ਰੁਪਏ ਦੀਆਂ ਤਿੰਨ ਮਸ਼ੀਨਾਂ ਲੈ ਕੇ ਆਏ ਕਿਉਂਕਿ ਦੋ ਤਾਂ ਪਹਿਲਾਂ ਚਲਦੀਆਂ ਰਹੀਆਂ ਤੇ ਸੜ ਗਈਆਂ ਤੀਜੀ ਫੇਰ ਲੈ ਕੇ ਆਏ ਇੱਕ ਫੇਰ ਕਿਤੇ ਜਾ ਕੇ ਖੜਾ ਛੁੱਟਾ ਹੀ ਦੀ ਸਕਸ਼ਨ ਸਾਰੀ ਮੈਂ ਹੀ ਕਰਦੀ ਸੀਗੀ ਪੱਟੀ ਵੀ ਮੈਂ ਹੀ ਚੇਂਜ ਕਰਦੀ ਸੀਗੀ ਫੇਰ ਇਹਨੂੰ ਅਸੀਂ ਦੋ ਦਿਨ ਬਾਅਦ ਪੀਜੀਆਈ ਲੈ ਕੇ ਜਾਂਦੇ ਸੀਗੇ ਉਹ ਟਿਊਬ ਬਦਲਣ ਲਈ ਇਹਨੂੰ ਮੈਨਾਂ ਦੇ ਵੀ ਲੱਗੇ ਸੋ ਫੇਰ ਅਸੀਂ ਸੁਖਿਆ ਆਪਣੀ ਨਾਨਾ ਦੇਵੀ ਮਾਤਾ ਨੂੰ ਅਸੀਂ ਬਹੁਤ ਮੰਨਦੇ ਆ ਅਸੀਂ ਉੱਥੇ ਸੁਖਿਆ ਨਾਨਾ ਦੇਵੀ ਚਿੰਤਪੁਰਨੀ ਸਾਰੇ ਕਿਤੇ ਅਸੀਂ ਇਹਦਾ ਟਿਊਬ ਪਾਈ ਪੁਆਈ ਨਾਲੇ ਮਸ਼ੀਨ ਲੈ ਕੇ ਗੱਡੀ ਕਰਕੇ ਇਹਨੂੰ ਉੱਥੇ ਲੈ ਕੇ ਗਏ ਸਾਰੇ ਕਿਤੇ ਮੈਂ ਇਹਦਾ ਮੱਥਾ ਟਿਕਾਇਆ ਮੱਥਾ ਟਿਕਾ ਕੇ ਨਾਨਾ ਦੇਵੀ ਉੱਥੇ ਫਿਰ ਇਹਦੀ ਪ੍ਰੈਸ਼ਰ ਵਾਲੀ ਜਿਹੜੀ ਮਸ਼ੀਨ ਸੀਗੀ ਅਸੀਂ ਉੱਪਰ ਲੈ ਕੇ ਜਾਣਾ ਸੀਗਾ ਉੱਥੇ ਟੁੱਟ ਗਈ ਸੀਗੀ ਰਾਹ ਦੇ ਵਿੱਚ ਹੀ ਚਲੋ ਟੁੱਟ ਗਈ ਅਸੀਂ ਸੋਚਿਆ ਵੀ ਸ਼ਾਇਦ ਚਲੋ ਟੁੱਟ ਗਈ ਆ ਖੜਾ ਹੀ ਛੁੱਟ ਜਾਣਾ ਕੋਈ ਗੱਲ ਨਹੀਂ ਉਹ ਟੁੱਟ ਗਈ ਜਿਹੜੀ ਬਿਜਲੀ ਵਾਲੀ ਨਾਲ ਲੈ ਕੇ ਗਏ ਸੀਗੇ ਘਰ ਆ ਕੇ ਉਹਦਾ ਪਲੱਗ ਲਗਾਇਆ ਤੇ ਉਹ ਵੀ ਖਤਮ ਉਹ ਵੀ ਸ ਉਹ ਵੀ ਸੜ ਗਈ ਉਹ ਤੋਂ ਬਾਅਦ ਚਲੋ ਨੈਕਸਟ ਟਾਈਮ ਮੈਂ ਕਿਹਾ ਹੁਣ ਹੋਰ ਮਸ਼ੀਨ ਲਿਆਣੀ ਪੈਣੀ ਆ ਇਹ じゃ ਕ੍ਰਿਸ਼ਮਾ ਮਾਤਾ ਰਾਣੀ ਦਾ ਦੇਖਿਆ ਕਿ ਦੂਜੇ ਦਿਨੀ ਇਹਨੇ ਮੈਨੂੰ ਆਪਣੇ ਉਹਦੇ ਨਾਲ ਕਿਹਾ ਕਹਿੰਦਾ ਮੇਰੇ ਨੱਕ ਚ ਨੂੰ ਹਵਾ ਆ ਰਹੀ ਆ ਕਹਿੰਦਾ ਮੈਨੂੰ ਸਾਹ ਆ ਰਿਹਾ ਨੱਕ ਤੋਂ ਪਹਿਲਾਂ ਇਹਨੂੰ ਨੱਕ ਤੋਂ ਸਾਹ ਨਹੀਂ ਆਂਦਾ ਸੀਗਾ ਉਹ ਟਿਊਬ ਤੋਂ ਹੀ ਸਾਹ ਆਂਦਾ ਸੀਗਾ ਇਹਨੇ ਕਿਹਾ ਮੇਰੇ ਨੱਕ ਚੋਂ ਹਵਾ ਆ ਰਹੀ ਆ ਕਿ ਮੈਨੂੰ ਸਾਹ ਆ ਰਿਹਾ ਮੈਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਚਲੋ ਨੱਕ ਦੇ ਵਿੱਚ ਨੂੰ ਇਹਦੇ ਸਾਹ ਤਾਂ ਆਣ ਲੱਗਿਆ ਫਿਰ ਅਸੀਂ ਡਾਕਟਰਾਂ ਨੂੰ ਦੱਸਿਆ ਤੇ ਡਾਕਟਰਾਂ ਨੇ ਸਾਨੂੰ ਕਿਹਾ ਵੀ ਇਹਦੀ ਟਿਊਬ ਬੰਦ ਕਰ ਦਿਓ ਅੱਗੇ ਤੋਂ ਟਿਊਬ ਬੰਦ ਕਰਤੀ ਅਸੀਂ ਇਹਦੀ ਟੇਪਾ ਲਗਾ ਕੇ ਫਿਰ ਡਾਕਟਰਾਂ ਨੂੰ ਪੀਜੀਆਈ ਲੈ ਕੇ ਗਏ ਉਹਨਾਂ ਨੇ ਹੋਰ ਵੀ ਉੱਪਰ ਤੋਂ ਟੇਪਾਂ ਲਗਾਤੀਆਂ ਮੋਟੀਆਂ ਤੇ ਫਿਰ ਰਾਤਾਂ ਨੂੰ ਅਸੀਂ ਜਾਗਦੇ ਰਹਿਣਾ ਇਹਦੇ ਕੋਲ ਐਨੇ ਸੋ ਜਾਣਾ ਸੀ ਜਾਗਦੇ ਰਹਿਣਾ ਕਿ ਇਹਦਾ ਸਾਹ ਠੀਕ ਰਵੇ ਕਿ ਤੇ ਟਿਊਬ ਬੰਦ ਕਰੀ ਹੋਈ ਹੈ ਨੱਕ ਤੋਂ ਸਾਹ ਚ ਕੋਈ ਪ੍ਰੋਬਲਮ ਨਾ ਆਵੇ ਫਿਰ ਇਹਨੂੰ ਕੋਈ ਪ੍ਰੋਬਲਮ ਨਹੀਂ ਆਈ ਹੈਗੀ ਇੱਕ ਹਫਤਾ ਇੱਕ ਹਫਤੇ ਬਾਅਦ ਫਿਰ ਡਾਕਟਰਾਂ ਨੇ ਟਿਊਬ ਕੱਢਤੀ ਉਦੋਂ ਦਾ ਮਤਲਬ ਇਹਦਾ ਸਾਹ ਠੀਕ ਹੈ ਪਰਮਾਤਮਾ ਦੀ ਕਿਰਪਾ ਨਾਲ ਰਬੂਰ ਤੰਦਰੁਸਤੀ ਦੇਵੇ ਤੇ ਪਰਿਵਾਰ ਦੇ ਵਿੱਚ ਚਾਰ ਜੀ ਨੇ ਹਾਂ ਜੀ ਤੇ ਸਿਸਟਰ ਆ ਉਹਦੀ ਮੈਰिज ਹੋ ਗਈ ਆ ਉਹ ਕਿੱਥੇ ਰਹਿੰਦੇ ਨੇ ਉਹ ਤਾਂ ਆਮਨਗਰ ਰਹਿੰਦੇ ਬਨੂੜ ਸਾਈਡ ਹਾਂ ਜੀ ਤੇ ਅੰਕਲ ਜੀ ਬੱਦੀ ਮੇਰੇ ਖਿਆਲ ਚ ਉਹ ਕੰਮ ਕਰਦੇ ਨਹੀਂ ਚਾਹ ਦੀ ਦੁਕਾਨ ਤੇ ਤੇ ਉਹ ਆਂਦੇ ਨਹੀਂ ਰੋਜ਼ ਆਂਦੇ ਨੇ ਜਾਂ ਕਿਵੇਂ ਨਹੀਂ ਉਹ ਕਿਸੇ ਦੇ ਨਾਲ ਕੰਮ ਕਰਦੇ ਤਾਂ ਰੋਜ਼ ਤਾਂ ਨਹੀਂ ਆਇਆ ਜਾਂਦਾ ਹੈਗਾ ਫਿਰ ਹਫਤੇ 10 ਦਿਨ ਬਾਅਦ ਘੇੜਾ ਮਾਰ ਜਾਂਦੇ ਨੇ ਆ ਕੇ ਹਾਂ ਜੀ ਫਿਰ ਆ ਜਾਂਦੇ 50 ਲੱਖ ਦੇ ਕਰੀਬ ਹੁਣ ਜੋ ਕੋਰਟ ਵੱਲੋਂ ਆਰਡਰ ਹੋਏ ਨੇ ਕਿ ਬੀਮਾ ਕੰਪਨੀ ਨੂੰ ਕਿ ਰਾਸ਼ੀ ਦਿੱਤੀ ਜਾਵੇ ਰਕਮ ਦਿੱਤੀ ਜਾਵੇ ਉਹ ਉਹਦਾ ਹੁਣ ਪ੍ਰੋਸੈਸ ਵਿੱਚ ਹੈਗਾ ਹੋ ਉਹਦਾ ਹਲੇ ਚੱਲ ਰਿਹਾ ਹੋਏਗਾ ਪ੍ਰੋਸੈਸ ਉਹਦਾ ਕਿਉਂਕਿ ਜਿੱਦਾਂ ਹਲੇ ਨਿਊਜ਼ ਦੇ ਵਿੱਚ ਜਿੱਦਾਂ ਤੁਸੀਂ ਪੜਿਆ ਉਹਦਾ ਹੀ ਮੈਂ ਪੜਿਆ ਨਿਕਲਿਆ ਹੋਇਆ ਕਿ ਪਰਮਿੰਦਰ ਨੂੰ ਆਰਡਰ ਕੀਤਾ ਉਹਨਾਂ ਨੇ ਇਹ ਹੀ ਪੜਿਆ ਮੈਂ ਵੀ ਤਾਂ ਇਹ ਕਹਾਣੀ ਹੈ ਪਰਮਿੰਦਰ ਸਿੰਘ ਦੀ ਉਹ ਨੌਜਵਾਨ ਜੋ ਅੱਜ ਕਰੀਬ 32 ਸਾਲ ਦਾ ਹੈ ਅੱਜ ਤੋਂ 10 ਸਾਲ ਪਹਿਲਾਂ ਜਦੋਂ ਐਕਸੀਡੈਂਟ ਹੋਇਆ ਤਾਂ ਵੇਖਣ ਵਾਲਿਆਂ ਦੇ ਹੋਸ਼ ਉੱਡ ਗਏ ਉਹਨਾਂ ਨੇ ਇਹੀ ਕਿਹਾ ਕਿ ਮੁੰਡਾ ਨਹੀਂ ਬਚਦਾ ਪਰ ਮਾਂ ਦੀ ਦੁਆ ਸੀ ਭੈਣ ਦੀ ਦੁਆ ਸੀ ਚਾਹਣ ਵਾਲਿਆਂ ਦੀ ਦੁਆ ਸੀ ਤੇ ਪਿਤਾ ਨੂੰ ਭਰੋਸਾ ਸੀ ਕਿ ਮੇਰਾ ਬੇਟਾ ਜੋ ਹੈ ਉਹ ਜ਼ਿੰਦਗੀ ਦੀ ਇਹ جنگ ਜ਼ਰੂਰ ਜیتےਗਾ ਤੇ ਪਰਮਿੰਦਰ ਸਿੰਘ ਨੇ ਖੁਦ ਜ਼ਿੰਦਾ ਦੇ ਲਈ ਵਖਾਈ ਤੇ ਹੌਸਲਾ ਨਹੀਂ ਛੱਡਿਆ ਤੇ ਸਭ ਤੋਂ ਵੱਡੀ ਦੇਣ ਇਹਨਾਂ ਦੀ ਦੂਜੀ ਜ਼ਿੰਦਗੀ ਲਈ ਇਨਾ ਦੀ ਭੈਣ ਜੋ ਅੱਜ ਵੀ ਇਨ੍ਹਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਬੈਠੀ ਏ ਤੇ ਭੈਣ ਨੇ ਇੱਕੋ ਹੀ ਗੱਲ ਕਹੀ ਜਦੋਂ ਤੱਕ ਮੇਰੇ ਵਿੱਚ ਸਾਹ ਨਹੀਂ ਮੈਂ ਆਪਣੇ ਵੀਰੇ ਦੇ ਨਾਲ ਹੀ ਰਹਾਂਗੀ ਇਸ ਦੀ ਸੇਵਾ ਕਰਾਂਗੀ ਕਿਉਂਕਿ ਸਭ ਕੁਝ ਹੁਣ ਇਨ੍ਹਾਂ ਦੀ ਭੈਣ ਦੇ ਹੀ ਸਹਾਰੇ ਹੈ ਲੇਕਿਨ ਮਾਦਿਆਂ ਦੁਆਵਾਂ ਸੀ ਮਾਦੇ ਅੱਖਾਂ ਦੇ ਵਿੱਚ ਅੱਜ ਵੀ ਹੰਝੂ ਆ ਜਾਂਦੇ ਨੇ ਜਦੋਂ ਉਹ ਜੋ ਵੇਲਾ ਯਾਦ ਕਰਦੀ ਹੈ ਮਾਂ ਅੱਜ ਵੀ ਰੱਬ ਅੱਗੇ ਇਹੋ ਅਰਦਾਸ ਕੇ ਜੋ ਮੇਰਾ ਪੁੱਤ ਹੈ ਉਹ ਤੰਦਰੁਸਤ ਰਹੇ ਤੇ ਲੰਮੀ ਉਮਰ ਰੱਬ ਇਸ ਨੂੰ ਬਖਸ਼ੇ ਮਾਤਾ ਜੀ ਦਾ ਨਾਮ ਹਰਜੀਤ ਕੌਰ ਮਾਤਾ ਜੀ ਨੇ ਇੱਕ ਜਿੱਤ ਹਾਸਲ ਕੀਤੀ ਆਪਣੇ ਬੇਟੇ ਦੇ ਲਈ ਤੇ ਪਿਤਾ ਜੀ ਦਾ ਨਾਮ ਹੈ ਸਤਨਾਮ ਸਿੰਘ ਸਤਨਾਮ ਜਿਨ੍ਹਾਂ ਦੇ ਮਾਤਾ ਪਿਤਾ ਦਾ ਨਾਮ ਹੀ ਰੱਬ ਦੇ ਨਾਲ ਜੁੜਿਆ ਹੈ ਤਾਂ ਰੱਬ ਖੁਦ ਅੱਗੇ ਹੋ ਕੇ ਪਰਮਿੰਦਰ ਸਿੰਘ ਦੀ ਬਾਹ ਫੜਦਾ ਹੈ ਤੇ ਪਰਮਿੰਦਰ ਸਿੰਘ ਸਾਡੇ ਨਾਲ ਅੱਜ ਇੱਥੇ ਮੌਜੂਦ ਨੇ ਤੇ ਜ਼ਿੰਦਾ ਇੱਕ ਮਿਸਾਲ ਨੇ ਇਸ ਗੱਲ ਦੀ ਜੋ ਸਿਆਣੇ ਕਹਿੰਦੇ ਨੇ ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਵੀਡੀਓ ਜਰਨਲਿਸਟ ਲੜਿਤ ਪਾਂਡੇ ਦੇ ਨਾਲ ਠਾਕੁਰ ਰਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ ਜ਼ਿਰਖਪੁਰ ਕੈਨੇਡਾ ਐਸ ਡੀ ਐਸ ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ 1 ਸਾਲ ਦੀ ਜੀ ਆਈ ਸੀ ਅਤੇ ਆਇਲਸ ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ ਸੋ ਜੇ ਤੁਸੀਂ ਸਪਟੰਬਰ ਐਸ ਡੀ ਐਸ ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ ਅੱਜ ਹੀ ਕੰਟੈਕਟ ਕਰੋ 92563 92563